ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਆਪਾਂ ਹੁਣ ਚੱਲੇ ਹਾਂ ਫਿਰ ਇੱਕ ਨਵੇਂ ਟੂਰ 'ਤੇ, ਅਤੇ ਬੈਗ ਮੈਂ ਲੈ ਲਿਆ ਨਵਾਂ, ਅਤੇ ਸਾਰੀ ਇਨਫੋਰਮੇਸ਼ਨ ਦੇਵਾਂਗੇ A to Z, ਕਿੰਨਾ ਕੋਸਟ ਆਇਆ, ਕਿੰਨਾ ਖਰਚਾ ਆਇਆ, ਤੁਹਾਨੂੰ ਡਿਟੇਲ ਦਿੰਦਾ ਜਾਊਂਗਾ ਨਾਲ ਦੀ ਨਾਲ। ਅਤੇ ਬਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਅਤੇ ਜਿਨ੍ਹਾਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਤੇ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਹਾਂ ਜੀ ਹੁਣ ਨੈਕਸਟ ਲੋਕੇਸ਼ਨ 'ਤੇ। ਘੁੰਮਦੇ ਘੁੰਮਾਉਂਦੇ ਬੱਸਾਂ ਤੋਂ ਬਚਦੇ ਹੋਏ ਆਪਾਂ ਪਹੁੰਚ ਗਏ ਹਾਂ ਏਅਰਪੋਰਟ। ਤੁਰ ਕੇ ਜਾ ਰਹੇ ਹਾਂ, ਥੋੜ੍ਹਾ ਜਿਹਾ ਵਾਕਿੰਗ ਡਿਸਟੈਂਸ ਆ, ਹਾਲੇ ਟਾਈਮ ਪਿਆ ਵਾ, ਅਤੇ ਬਾਕੀ ਜਾ ਕੇ ਦਿੰਦੇ ਹਾਂ ਅਪਡੇਟ। ਉੱਥੇ ਆਪਾਂ ਤੁਰੇ ਸੀਗੇ ਜਲੰਧਰ ਤੋਂ, ਅਤੇ ਇੱਥੇ ਪਹੁੰਚਣ ਦੇ ਵਿੱਚ ਲੱਗਾ ਮੇਰਾ ਸਾਰਾ 200 ਤੇ 300 ਸਵਾ 300 ਰੁਪਈਆ ਲੱਗਾ ਵਾ। ਬੱਸ 'ਤੇ ਐਂ ਉੱਥੋਂ ਗਾਹਾਂ ਆਟੋ ਕੀਤਾ ਅਤੇ ਆਪਾਂ ਪਹੁੰਚ ਗਏ ਇੱਥੇ। ਹੋ ਜੀ, ਆਪਾਂ ਪਹੁੰਚ ਗਏ ਸ਼੍ਰੀ ਗੁਰੂ ਅਮਰਦਾਸ ਏਅਰਪੋਰਟ, ਚੈੱਕ ਇਨ ਕਰ ਚੁੱਕੇ ਹਾਂ, ਅਤੇ ਹੁਣ ਫਲਾਈਟ ਹੈਗੀ ਆ 7:30, ਅਤੇ ਟਿਕਟ ਦੀ ਜਿਹੜੀ ਕੋਸਟ ਪਈ ਸੀਗੀ ਉਹ ਪਈ ਸੀਗੀ 10,000 ਰੁਪਏ, ਠੀਕ ਆ, ਇੱਥੋਂ ਸਿੰਗਾਪੁਰ, ਸਿੰਗਾਪੁਰ ਤੋਂ ਵਾਇਆ ਜਾਣਾ ਬੈਂਕੋਕ। ਅਤੇ ਬਾਕੀ ਇਨਫੋਰਮੇਸ਼ਨ ਦੇਵਾਂਗੇ ਆਪਾਂ ਤੁਹਾਨੂੰ ਅੱਗੇ, ਪੂਰਾ ਖਰਚਾ ਦੱਸਾਂਗੇ ਕਿੰਨਾ ਆ ਫੁੱਲ। ਅਤੇ ਇੱਥੋਂ ਦਾ ਜਿਹੜਾ ਬਿਹੇਵੀਅਰ ਸੀਗਾ ਲਾਸਟ ਟਾਈਮ ਆਇਆ ਸੀਗਾ ਜਦੋਂ, ਉੱਥੇ ਬੜਾ ਵਧੀਆ ਨਹੀਂ ਸੀਗਾ ਜਿਹੜਾ ਇੱਥੋਂ ਦਾ ਸਟਾਫ ਸੀਗਾ, ਬਟ ਇਸ ਵਾਰੀ ਬਹੁਤ ਘੈਂਟ ਆ। ਲਓ ਜੀ, ਬੋਟਿੰਗ ਆਪਣੀ ਗਈ ਆ, ਹੋ ਡਨ, ਉਹ ਖੜਾ ਆਪਣਾ ਜਹਾਜ਼ Inflate your life vest only at the exit. ਸਿੰਗਾਪੁਰ ਹੋ ਗਈ ਆ ਲੈਂਡ, ਕਿਉਂਕਿ ਇੱਥੇ ਭਰਿਆ ਹੋਇਆ ਸਟੇ। ਪਿੱਛੇ ਤਾਂ ਆਪਾਂ ਜਾ ਰਹੇ ਹਾਂ ਪਹਿਲੇ ਦੂਜੇ ਨੰਬਰ 'ਤੇ ਬਸ, ਅਤੇ ਇੱਥੋਂ ਹੁਣ 2 ਘੰਟੇ ਦੀ ਵੇਟਿੰਗ ਆ, ਦੈਨ ਫਿਰ ਆਪਣੀ ਫਲਾਈਟ ਆ, ਫਿਰ ਜਿੰਨੇ ਅੱਗੇ ਜਾ ਕੇ ਅਪਡੇਟ, ਅਤੇ ਜਦੋਂ ਆਪਾਂ 1-2 ਰੀਲਾਂ ਕਰਦੇ ਹਾਂ ਇੱਥੇ। ਸੱਜਣੋ, ਆਹ ਪਹੁੰਚ ਗਿਆ ਕੁੜੀ ਕੋਲ ਇੱਥੇ ਸਿਮ ਲੈਣ, ਠੀਕ ਹੈ ਜੀ, ਆਹ ਪਲੈਨ ਆ ਜਿੰਨੇ GB ਦੇ ਆਪਾਂ ਲਿਆ ਵਾ ਪਹਿਲਾ ਪਲੈਨ। ਪਰ ਪੈਸੇ ਇੱਥੇ ਜਿਹੜੇ ਚੱਲਦੇ ਉਹ ਚੱਲਦੇ ਆ ਕੈਸ਼, ਚੱਲਦੇ ਸਿਮ ਮੈਂ ਲਈ ਆ, ਲੈ ਅਤੇ ਪਾ ਲਈ ਆ ਸਿਮ, ਅਤੇ ਹੁਣ ਚੱਲਦੇ ਹਾਂ ਆਪਾਂ ਗਾਹਾਂ। ਅਤੇ ਇਮੀਗ੍ਰੇਸ਼ਨ ਵੀ ਹੋ ਗਈ ਆ, ਵੀਜ਼ਾ ਔਨ ਅਰਾਈਵਲ ਆ, ਬਾਕੀ ਹੁਣ ਗੱਲਾਂ ਬਾਤਾਂ ਜਾ ਕੇ ਦੱਸਦੇ ਹਾਂ ਅੱਗੇ। ਇਹਨਾਂ ਨੇ ਸਿਸਟਮ ਲਾਏ ਹੋਏ ਇੱਥੇ ਟੈਕਸੀ ਬੁੱਕ ਕਰਨ ਨੂੰ, ਆਹ ਨੰਬਰ ਆ 66, ਹੁਣ 66 'ਤੇ ਮੈਂ ਜਾਣਾ ਵਾ ਨੰਬਰ 'ਤੇ, ਉਹ ਅੱਗੇ ਲੱਗੇ ਹੋਏ ਆ, ਆਹ ਨੰਬਰ ਦੀ ਤੁਹਾਨੂੰ ਲੱਗੇ ਹੋਏ ਇੱਦਾਂ ਨੰਬਰ ਆ ਅੱਗੇ, ਦੇਖੋ ਹੁਣ ਕਿੰਨੇ ਪੈਸੇ ਲੈਂਦਾ, ਅੱਗੇ ਜਾ ਕੇ ਦੱਸਦਾ ਤੁਹਾਨੂੰ ਮੈਂ। ਥੈਂਕ ਯੂ ਫੋਰ ਦਿਸ ਵਨ ਐਂਡ ਵਨ ਮੋ ਇਸ ਡਨ, ਓਕੇ। ਵਟ ਯੂ ਗੁੱਡ ਨੇਮ ਨੇਮ ਕਿੰਗ ਕਿੰਗ ਗੁੱਡ। ਲਓ ਜੀ, ਇਹ ਸਾਨੂੰ ਵੀਰੇ ਨੇ ਟੈਕਸੀ 'ਤੇ ਪਹੁੰਚਾਤਾ ਆ ਇੱਥੇ, ਅਤੇ ਬਹੁਤ ਹੀ ਪੈਸੇ ਜਾਇਜ਼ ਲਏ ਆ, ਠੀਕ ਆ। ਅਤੇ ਆਪਣਾ ਹੋਟਲ ਆ ਜਿੱਥੇ ਅਸੀਂ ਆਉਣਾ ਸੀਗਾ, ਅਤੇ 7-8 ਕਿਲੋਮੀਟਰ ਸੀਗਾ, ਬਟ ਬਹੁਤ ਜਾਇਜ਼ ਰੇਟ ਲਏ ਆ, ਅਤੇ ਬਹੁਤ ਘੈਂਟ ਡੀਲਿੰਗ ਸੀਗੀ ਟੈਕਸੀ ਦਾ, ਤੁਹਾਨੂੰ ਮੈਂ ਦੱਸਿਆ ਸੀਗਾ ਜਿਹੜਾ ਸਟਾਈਲ ਹੈਗਾ ਇਹਨਾਂ ਦਾ ਦੱਸਿਆ ਹੋਇਆ, ਠੀਕ ਹੈ। ਬਾਕੀ ਮੈਨੂੰ ਪੈਸੇ ਵਾਪਸ ਕਰ ਰਿਹਾ ਵਾ, ਉਹ ਦੇਖਦੇ ਹਾਂ ਹੁਣ ਕਿੰਨੇ ਕਰਦਾ। ਲਓ ਜੀ, ਇਹ ਹੈਗਾ ਆ ਬੈਂਕੋਕ ਦੀ ਸਿਟੀ ਦੇ ਕੋਲ ਹੀ ਹੈਗਾ ਆ ਮੈਟਰੋ ਸਟੇਸ਼ਨ, ਤਾਂ ਉੱਥੋਂ ਅਸੀਂ ਬੈਂਕੋਕ ਦੇ ਸਿਟੀ ਦੇ ਵਿੱਚ ਚੱਲੇ ਹਾਂ ਗਾਹਾਂ, ਠੀਕ ਹੈ। ਇਹ ਟਿਕਟ ਘਰ ਆ, ਅਤੇ ਟਿਕਟ ਇੱਥੋਂ ਮੈਂ ਲੈ ਲਈ ਆ, ਵੈਸੇ ਤੁਹਾਨੂੰ ਮੈਂ ਦੱਸ ਦੇਵਾਂ 40 ਬਾਤ ਦੀ ਮੈਨੂੰ ਮਿਲੀ ਆ,
ਤੇ ਇਸ ਤੋਂ ਬਾਅਦ ਹੁਣ ਮੈਂ ਜਾਣਾ ਬੈਂਕੋਕ ਜਿਹੜਾ ਮੇਨ ਸੈਂਟਰ ਆ ਉੱਥੇ ਜਾ ਕੇ ਤੁਹਾਨੂੰ ਦੱਸਦਾ ਵਾਂ। ਇਹਨਾਂ ਟੋਕਨ ਦਿੱਤਾ ਇੱਕ ਮੈਨੂੰ, ਆਹ ਟੋਕਨ ਜਿਹਾ ਦੇ ਦਿੰਦੇ ਆ ਇਹਦੇ ਵਿੱਚ ਪਾ ਦੇਣਾ ਇੱਥੇ ਕਰਕੇ ਇੱਦਾਂ। ਚਲੋ ਜੀ ਖੁੱਲ੍ਹ ਗਿਆ ਤਾਂ ਮੰਗ ਗਿਆ, ਠੀਕ ਹੈ। Hello everyone. Hello India. Bhai. I go to India to see my friend. ये भाई मिले मुझे यहाँ आके, पूरा गाइड किया है एज अ गुड पर्सन गाइड, बट ही इसने बोला है भाई पंजाबी दादा, इन्हें बोलिया भाई भी तुसी पताया नहीं जाना, पताया इज़ नॉट गुड, सो हूँ आप कैंसल कर दता पताया जान का, आप अगले जावे। ओके थैंक यू सो मच भाई। पहुँच गए खाने पीने वाली मार्केट के, ਮਗਰ ਦੇਖ ਸਕਦੇ ਹਾਂ ਤੁਸੀਂ, ਮੈਂ ਦਿਖਾਉਣਾ ਦੂਜੇ ਬੰਨੇ ਨੂੰ ਕੈਮਰਾ ਕਰਕੇ, ਘੈਂਟ ਘੈਂਟ ਦੁਕਾਨਾਂ ਲੱਗੀਆਂ ਹੋਈਆਂ ਸਭ ਨੋਨ ਵੈਜ ਨੋਨ ਵੈਜ ਨੋਨ ਵੈਜ ਵੈਜ, ਸਿਰਫ ਮੈਨੂੰ ਫਰੂਟ ਮਿਲਿਆ ਹੋਰ ਕੁਛ ਨਹੀਂ ਮਿਲਿਆ ਹੈਗਾ। ਹੋਰ ਮੈਂ ਦੇਖਦਾ ਹਾਲੇ ਮੈਂ ਫਿਰ ਰਿਹਾ ਵਾ, ਇੱਕ ਇਹਨਾਂ ਦੇ ਰਾਈਸ ਹੁੰਦੇ ਆ ਉਹ ਬਹੁਤ ਸੋਹਣੇ ਬਣਾਉਂਦੇ ਆ, ਜੇ ਉਹ ਮੈਨੂੰ ਮਿਲ ਗਿਆ ਤਾਂ ਮਾਰਕੀਟ ਤੁਸੀਂ ਦੇਖ ਹੀ ਸਕਦੇ ਹਾਂ ਬਹੁਤ ਸੋਹਣੀ ਆ, ਅਤੇ ਖਾਣ ਪੀਣ ਦਾ ਸਾਰਾ ਸਮਾਨ ਬਣਾਇਆ ਹੋਇਆ। ਇਸ ਤੋਂ ਬਾਅਦ ਜਾਣਾ ਆਪਾਂ ਇਨਫੋਰਮੇਸ਼ਨ ਆਫਿਸ, ਕਿ ਹੈਗਾ ਮੈਂ ਬੈਂਕੋਕ ਦੇ ਵਿੱਚ ਹਾਲੇ, ਅਤੇ ਬੈਂਕੋਕ ਹੀ ਰਹਿਣਾ ਮੈਂ ਅੱਜ, ਅਤੇ ਕੱਲ੍ਹ ਮੈਂ ਦੇਖੂੰਗਾ ਕਿਹੜੀ ਸਿਟੀ ਜਾਣਾ ਮੈਂ। ਪਹਿਲੀ ਮੈਨੂੰ ਰਾਈਸ ਮਿਲ ਗਿਆ, ਰਾਈਸ ਇਹ ਬਣਾਉਂਦੇ ਇੱਕ ਪਾਣੀ ਦੇ ਵਿੱਚ, ਅਤੇ ਨਾਲ ਸੱਜਣਾ ਨੋਨ ਵੈਜ ਹੀ ਆ, ਯਾਨੀ ਕਿ ਇਹਨਾਂ ਦੀ ਕੋਈ ਨੋਨ ਵੈਜ ਨਹੀਂ ਕਹਿ ਸਕਦੇ, ਫਿਸ਼ ਆਈਟਮ ਆ, ਲਾਈਕ ਦੈਟ ਸੀ ਫੂਡ ਆ, ਅਤੇ ਹੁਣ ਖਾਂਦੇ ਹਾਂ ਆਪਾਂ, ਖਾ ਕੇ ਦੇਖਦੇ ਹਾਂ ਕਿੱਦਾਂ। ਲਓ ਜੀ ਆਪਾਂ ਪਹੁੰਚ ਗਏ ਹਾਂ ਬੈਂਕੋਕ ਦੀ ਚਾਈਨਾ ਟਾਊਨ ਮਾਰਕੀਟ ਦੇ ਵਿੱਚ, ਇੱਧਰ ਥੋੜ੍ਹਾ ਗੋਲਡ ਦਾ ਕੰਮ ਆ, ਅਤੇ ਬਾਕੀ ਤੁਸੀਂ ਵਿਊ ਦੇਖ ਹੀ ਸਕਦੇ ਆ, ਅਤੇ ਬਾਕੀ ਇੱਧਰੋਂ ਜਾ ਕੇ ਹੋ ਰਿਹਾ ਹਾਲੇ, ਉਹ ਦੇਖਦੇ ਹਾਂ ਬਾਜ਼ਾਰ। ਖਾਣ ਪੀਣ ਦੀਆਂ ਦੁਕਾਨਾਂ ਬਹੁਤ ਆ, ਪਰ ਇੱਥੇ ਵੈਜ ਦੀ ਆਪਸ਼ਨ ਬਹੁਤ ਘੱਟ ਆ, ਅਤੇ ਮਿਲਦੇ ਹਾਂ ਹੁਣ ਅਗਲੇ ਵਿਊ 'ਤੇ। ਇਹ ਆ ਮਾਰਕੀਟ, ਹਿੰਦੀ ਕਹਾਣੀ, ਪਰ ਬੀਬੀਆਂ ਦਾ ਹੀ ਸਮਾਨ ਜ਼ਿਆਦਾ ਆ ਇੱਥੇ, ਸਾਰੇ ਬੰਨੇ ਫੋਰਨਰ ਸਾਰੇ ਆਏ ਹੋਏ ਆ, ਸਮਝ ਲਓ ਵੀ ਆਪਣੇ ਜਲੰਧਰ ਵਾਲੀ ਜੋਤੀ ਮਾਰਕੀਟ, ਅਤੇ ਇੱਥੇ ਆਹਾ ਮਾਰਕੀਟ ਚਾਈਨਾ ਟਾਊਨ ਸੇਮ ਆ। ਬੀਬੀਆਂ ਦਾ ਸਮਾਨ ਜ਼ਿਆਦਾ, ਬੰਦੇ ਦਾ ਸਮਾਨ ਕੋਈ ਨਹੀਂ ਮਿਲਦਾ, ਪਰ ਠੀਕ ਠੀਕ ਆ, ਕੋਈ ਜ਼ਿਆਦਾ ਸਸਤਾ ਵੀ ਨਹੀਂ ਅਤੇ ਜ਼ਿਆਦਾ ਮਹਿੰਗਾ ਵੀ ਨਹੀਂਗਾ, ਠੀਕ ਠੀਕ ਆ, ਇਟਸ ਗੁੱਡ। ਅੰਬਾਂ ਦੀ ਆਂਟੀ ਨੇ ਕਹਾਣੀ ਝੱਟ ਕੀਤੀ ਹੋਈ ਪੂਰੀ, ਵੈਦਰ ਵਧੀਆ ਇੱਥੇ ਦਾ, ਮੌਸਮ ਠੰਡਾ ਜਿਹਾ ਰਹਿੰਦਾ ਵਾ। ਬਾਕੀ ਮਾਰਕੀਟ ਘੁੰਮੇ ਹਾਂ ਹਾਲੇ, ਇਲੈਕਟ੍ਰੋਨਿਕ ਮਾਰਕੀਟ ਨਹੀਂ ਲੱਭੀ ਹੈਗੀ, ਉੱਥੋਂ ਮੈਂ ਸਮਾਨ ਲੈਣਾ ਸੀਗਾ ਥੋੜ੍ਹਾ ਜਿਹਾ, ਉਹ ਦੇਖਦੇ ਹਾਂ ਹੋਰ ਕਿਵੇਂ ਬੰਨੇ 'ਚ ਲੱਭ ਗਏ। ਲਓ ਜੀ ਗੁੱਡ ਮੋਰਨਿੰਗ ਹੋ ਗਈ ਹੈ, ਨਾਲ ਦੀ ਨਾਲ ਹੋ ਗਿਆ ਆਪਾਂ ਤਿਆਰ, ਠੀਕ ਹੈ। ਅਤੇ ਆਹ ਜਿਹੜਾ ਕਮਰਾ ਸੀਗਾ ਮੇਰਾ ਕੱਲ੍ਹ ਵਾਲਾ ਜਿਹੜਾ ਬੁੱਕ ਕੀਤਾ ਹੋਇਆ ਸੀਗਾ, ਅਤੇ ਹੁਣ ਇਹਨੂੰ ਮੈਂ ਕਰ ਰਿਹਾ ਅਲਵਿਦਾ। ਰਾਤ ਮੋਬਾਈਲ ਦੀ ਬੈਟਰੀ ਸੀਗੀ ਡਾਊਨ ਅਤੇ ਹੋ ਗਿਆ ਬੰਦ, ਵੈਸੇ ਠੀਕ ਸੀਗਾ ਇੱਕ ਦਿਨ ਦੇ ਲਈ, ਨੋਟ ਬੈਡ। ਅਤੇ ਰੂਮ ਨੰਬਰ ਮੇਰਾ ਆਹ ਸੀਗਾ, ਅਤੇ ਹੁਣ ਮੈਂ ਚੱਲਾਂ ਵਾਂ ਅਤੇ ਕਰਦੇ ਹਾਂ ਚੈੱਕਆਊਟ ਕਰ ਲਿਆ ਵਾ, ਬਸ ਉਹਨਾਂ ਨੂੰ ਜਾ ਕੇ ਗੱਲਬਾਤ ਕਰ ਸਕਦਾ ਉਹ ਵੀ ਕੱਲ੍ਹ ਦੇ, ਯਾਨੀ ਕਿ ਤੁਰ ਤੁਰ ਕੇ ਕੱਲ੍ਹ ਮੈਂ ਤੁਰਿਆ ਵਾਂ ਨੀਅਰ ਅਬਾਊਟ 40,000 ਸਟੈਪ, ਕਾਫੀ ਵਾਕ ਹੋਈ ਸੀਗੀ। ਅਤੇ ਅੱਜ ਹੁਣ ਨਵੀਂ ਥਾਂ 'ਤੇ ਜਾਣਾ ਵਾ, ਉਹ ਤੁਹਾਨੂੰ ਦੱਸਾਂਗੇ ਅਗਲੇ ਵਲੋਗ ਦੇ ਵਿੱਚ। ਇਸ ਵਲੋਗ ਨੂੰ ਦੇਖਣ ਦੇ ਲਈ ਸ਼ੁਕਰੀਆ, ਥੈਂਕ ਯੂ ਬਹੁਤ ਬਹੁਤ ਤੁਹਾਡਾ, ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ।